ਹਾਂਜੀ ਸਾਰੇ ਉਮੀਦਵਾਰਾਂ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਪੰਜਾਬ ਸਿਹਤ ਵਿਭਾਗ ਵਿੱਚ ਜੇ ਤੁਸੀਂ ਨੌਕਰੀ ਕਰਨ ਦੇ ਇੱਛੁਕ ਹੋ ਤਾਂ ਇੱਕ ਨਵਾਂ ਨੋਟੀਫਿਕੇਸ਼ਨ ਇਸ਼ੂ ਹੋਇਆ ਹੈ ਫਰਵਰੀ 2024 ਦੇ ਵਿੱਚ ਇਹ ਭਰਤੀ ਆਊਟ ਹੋਈ ਹੈ ਏ ਐਨ ਐਮ ਦੀ ਠੀਕ ਹੈ ਜੀ ਏ ਐਨ ਐਮ ਨਰਸ ਜਿਨ੍ਹਾਂ ਨੇ ਕੋਰਸ ਕੀਤਾ ਹੋਇਆ ਹੈ ਤਾਂ ਉਹ ਇਸ ਲਈ ਅਪਲਾਈ ਕਰ ਸਕਦੇ ਨੇ ਤਾਂ ਅਪਲਾਈ ਕਿੱਥੇ ਕਰਨਾ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣ ਜਾ ਰਹੀ ਹੈ ਹਮੇਸ਼ਾ ਸਹੀ ਅਤੇ ਸਟੀਕ ਜਾਣਕਾਰੀ ਤੇ ਸਟੱਡੀ ਮਟੀਰੀਅਲ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਸੋ ਐਨਐਮ ਦੀ ਜਿਹੜੀਆਂ ਇਹ ਵੈਕੈਂਸੀਜ਼ ਨੇ ਇਹ ਟੋਟਲ ਵੈਕੈਂਸੀ ਹੈਗੀਆਂ ਨੇ 5 ਜਿਹਦੇ ਚੋਂ ਜਨਰਲ ਦੀਆਂ 2 ਨੇ ਐਸਸੀ ਦੀ 1 ਹੈ ਤੇ ਓਬੀਸੀ ਦੀਆਂ 2 ਨੇ ਠੀਕ ਹੈ ਜੀ ਤਾਂ ਐਨਐਚਐਮ ਚੰਡੀਗੜ੍ਹ ਯੂਟੀ ਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ 15245 ਰੁਪਏ ਸੈਲਰੀ ਹੈ ਠੀਕ ਹੈ ਜੀ ਤਾਂ ਗੱਲ ਕਰੀ ਆਪਾਂ ਕੁਆਲਿਫੀਕੇਸ਼ਨ 에ਸੈਂਸ਼ੀਅਲ ਜਿਹੜੇ ਹੈਗੇ ਨੇ ਉਹ ਹੈ میٹرਿਕ ਵਿਦ ਡਿਗਰੀ ਸੌਰੀ ਇਹ ਡਿਪਲੋਮਾ ਇਹਨਾਂ ANM ਠੀਕ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਅਗਜਿਲਰੀ ਨਰਸਿੰਗ ਐਂਡ ਮਿਡਵਾਈਫਰੀ ਡਿਪਲੋਮਾ ਹੁੰਦਾ ਹੈ ANM ਤਾਂ ਉਹ ਤੁਹਾਡੇ ਕੋਲ ਕੀਤਾ ਹੋਣਾ ਚਾਹੀਦਾ ਹੈ ਤੇ 14 ਫਰਵਰੀ ਤੋਂ ਜਿਹੜੀ ਐਪਲੀਕੇਸ਼ਨ ਆ ਉਹ ਲਾਸਟ ਐਪਲੀਕੇਸ਼ਨ 14 ਫਰਵਰੀ ਤੱਕ ਤੁਸੀਂ ਕਰ ਸਕਦੇ ਹੋ ਤੇ 28 ਫਰਵਰੀ ਨੂੰ एलिजिਬਲ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਦੀ ਇੱਕ ਲਿਸਟ ਵੈਬਸਾਈਟ ਦੇ ਉੱਪਰ ਅਪਲੋਡ ਕੀਤੀ ਜਾਵੇਗੀ ਤੇ ਉਹਨਾਂ ਦਾ 15 ਮਾਰਚ 2024 ਨੂੰ ਰਿਟਨ ਟੈਸਟ ਹੋਵੇਗਾ 90 ਮਾਰਕਸ ਦਾ ਠੀਕ ਹੈ ਜੀ ਤੇ ਇਸੇ ਤਰ੍ਹਾਂ ਜੇ ਮੈਂ ਪਹਿਲਾਂ ਵੀ ਬਾਬਾ ਫਰੀਦ ਯੂਨੀਵਰਸਿਟੀ एग्जाम ਲੈਂਦੀ ਹੈ 10 ਨੰਬਰ ਜਿਹੜੇ ਉਹ ਐਕਸਪੀਰੀਅੰਸ ਦੇ ਹੋਣਗੇ ਤਾਂ ਐਕਸਪੀਰੀਅੰਸ ਤੁਹਾਡਾ ਜੇ ਮੋਰ ਥੈਨ 6 ਮਨਥ ਹੋਵੇਗਾ ਤਾਂ 10 ਨੰਬਰ ਲੱਗ ਜਾਣਗੇ ਠੀਕ ਹੈ ਜੀ 3 ਮਨਥ ਤੋਂ ਲੈ ਕੇ 6 ਮਨਥ ਤੱਕ ਹੋਵੇਗਾ ਤਾਂ 6 ਨੰਬਰ ਲੱਗਣਗੇ ਜੇ 3 ਮਨਥ ਤੋਂ ਘੱਟ ਹੋਵੇਗਾ ਤਾਂ 0 ਨੰਬਰ ਲੱਗਣਗੇ ਇਸੇ ਤਰ੍ਹਾਂ ਜਿੰਨਾ ਕੈਂਡੀਡੇਟ ਨੇ ਕੋਵਿਡ ਦੇ ਵਿੱਚ ਕੰਮ ਕੀਤਾ ਹੋਵੇਗਾ 1 April 2020 ਤੋਂ ਲੈ ਕੇ 31 March 2022 ਦੇ ਵਿਚਕਾਰ ਤਾਂ ਉਹਨਾਂ ਨੂੰ ਵੀ 10 ਨੰਬਰ ਇਹ ਐਕਸਟਰਾ ਦਿੱਤੇ ਜਾਣਗੇ ਸੋ ਇਸ ਟੈਸਟ ਦੇ ਲਈ ਕੰਪਲੀਟ ਸਟੱਡੀ ਮਟੀਰੀਅਲ ਪੰਜਾਬੀ ਅਤੇ ਇੰਗਲਿਸ਼ ਦੋਨੇ ਲੈਂਗੁਏਜ ਵਿੱਚ ਅਵੇਲੇਬਲ ਹੈ ਬਹੁਤ ਹੀ ਵਾਜੂਫੀਸ ਦੇ ਵਿੱਚ ਤੁਸੀਂ ਉਹ ਪਰਚੇਸ ਕਰ ਸਕਦੇ ਹੋ ਉਸ ਲਈ ਤੁਸੀਂ ਸੰਪਰਕ ਕਰਨਾ ਹੈ 9876377788 ਦੇ ਉੱਪਰ ਉਮੀਦ ਕਰਦਾ ਹਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੇਗੀ ਗੂਜਰਾ ਸ਼ੇਅਰ ਕਰਨਾ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ